ਹਵਾਲੇ ਦੀ ਤੇ ਆਪਾਂ ਲੈ ਲਈਆਂ ਬੀਰਾਂ ਭੈਣ ਦੱਸ ਲੈ ਮਿੱਤਰੋ ਸਵਾਦ ਆ ਰਿਹਾ ਆਪਣੇ ਭਰਾ ਨੇ ਜੰਟੇ ਨੇ ਬਾਰਬੀਕਿਊ ਤੇ ਰੌਣਕਾਂ ਲਾ ਰੱਖੀਆਂ ਨੇ ਲੈ ਮਿੱਤਰੋ ਅਤੇ ਦੁੱਧ ਦਾ ਬਹੁਤ ਟਾਈਮ ਲੱਗੂਗਾ ਯਾਰ ਅਜੇ ਗਰਮ ਨਹੀਂ ਹੈ ਹੁਣ ਆਪਾਂ ਲੇਕ 'ਤੇ ਜਾ ਰਹੇ ਹਾਂ ਮੀਂਹ ਦਾ ਮਾਹੌਲ ਬਣ ਰਿਹਾ ਅੱਜ ਆਪਣੇ ਨਾਲ ਆਪਣਾ ਗੱਗੀ ਵੀ ਜਾਊਗਾ ਜਪਾਨ ਵਾਲਾ ਯਾਰ ਵੈਲੀ ਅਤੇ ਮੇਰਾ ਉਰੇ ਬਸ ਕੱਲ੍ਹ ਕੱਲ੍ਹ ਦਾ ਦਿਨ ਹੈ ਅੱਜ ਸੈਚਰਡੇ ਕੱਲ੍ਹ ਸੰਡੇ ਹੈ ਕਿਉਂਕਿ ਸੋਮਵਾਰ ਨੂੰ ਆਪਣੇ ਯਾਰ ਜੰਟੇ ਨੇ ਵੀ ਬੈਲਗ੍ਰੇਡ ਜਾਣਾ ਤਾਂ ਫਿਰ ਮੈਨੂੰ ਕਿਧਰੇ ਹੋਰ ਜਾਣਾ ਪਊਗਾ ਸੋ ਹਜੇ ਯਾਰ ਬੀਜੇ ਵਾਲਾ ਚੱਕਰ ਹੈ ਯਾਰ ਪਤਾ ਨਹੀਂ ਸੋਮਵਾਰ ਨੂੰ ਅਪਲਾਈ ਕਰਨਾ ਚਲੋ ਆਪਾਂ ਹੋਰ ਲੱਭਦੇ ਹੋਈ ਜਾਂਦੇ ਚਲੋ ਆਪਾਂ ਪਹਿਲਾਂ ਲੇਕ 'ਤੇ ਚੱਲਦੇ ਹਾਂ ਅੱਜ ਬੜਾ ਘੈਂਟ ਮੌਸਮ ਅਤੇ ਅੱਜ ਯਾਰ ਆਪਣੇ ਜੰਟੇ ਦੇ ਮੈਂ ਕੋਈ ਰਿਲੇਟਿਵਸ ਆਉਣਗੇ ਅਤੇ ਉਹਨਾਂ ਵਾਸਤੇ ਬਾਰਬੀ ਗਿਉਣ ਤਾਂ 15-20 ਮਿੰਟ ਹੀ ਲਾ ਕੇ ਆਵਾਂਗੇ ਲੇਕ 'ਤੇ ਅਤੇ ਗੱਗੀ ਵੀ ਨਹੀਂ ਆਊਗਾ ਲੈ ਮਿੱਤਰੋ ਆਪਾਂ ਪਹੁੰਚ ਗਏ ਲੇਕ 'ਤੇ ਸਾਡੇ ਭਰਾ ਨੇ ਅਤੇ ਅੱਜ ਗੱਗੀ ਵੀ ਗੱਗੀ ਨੂੰ ਵੀ ਤਰਨਾ ਨਹੀਂ ਆਉਂਦਾ ਮੇਰੇ ਵਰਗਾ ਜਾਊਗਾ ਦੇਖੋ ਗੱਗੀ ਮਾਰੂਗਾ ਛਾਲ ਨਿਰਮਲ ਅਤੇ ਜੰਟਾ ਵੜ ਗਏ ਵਿੱਚ ਦੇਖੋ ਜੰਟੇ ਨੇ ਗਾਹ ਪਾ ਰਿਹਾ ਕਿਉਂ ਨਿਰਮਲਾ ਸਵਾਦ ਹੈ ਚੱਲ ਦੇਖੋ ਜੰਟਾ ਲੈਂਦਾ ਸਵਾਦ ਮੇਬੀ ਇਟਸ ਸੋ ਡੀਪ ਲਾਏ ਡੁਬਕੀ ਠੰਡ ਚੜੀ ਗੱਗੀ ਦੇਖੋ ਤਿਆਰੀ ਹੈ ਪੂਰੀ ਗੱਗੀ ਹੌਲੀ ਹੌਲੀ ਜਾ ਰੇਟ ਬੀ ਕੇਅਰਫੁਲ ਬ੍ਰੋ ਨਿਕੋਲਾ ਦੇਖਿਆ ਜੰਪ ਮਾਰੂਗਾ ਗੱਗੀ ਨੂੰ ਤਾਂ ਠੰਡ ਲੱਗਦੀ ਹੈ ਠੰਡ ਲੱਗਦੀ ਹੈ ਗੱਗੀ ਆ ਕੋਲਡ ਉਹ ਤਰੇ ਦਾ ਰੌਂਗਟੇ ਖੜੇ ਹੋ ਗਏ ਆਹ ਦੇਖ ਆਹ ਜੇ ਤੋਂ ਸਿੱਖ ਦੋ ਨਿਰਮਲ ਦਾ ਸਰੀਰ ਦੇਖੋ ਬਾਬੇ ਉਹ ਇਹ ਤਾਂ ਇਹ ਇਹ ਜਿਹੜੇ ਚਿਕਨ 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 ਦਾ ਇੱਥੋਂ ਪਤਾ ਲੱਗ ਉਹ ਬਾਰ ਮਾਪ ਹੋ ਰਿਹਾ ਦੇਖੋ ਬਾਰ ਮਾਪ ਆ ਰਿਹਾ ਹੁਣ ਦੇਖੋ ਨਿਰਮਲ ਤੁਸੀਂ ਨਿਰਮਲ ਦੀ ਡੁਬਕੀ ਦੇਖਿਓ ਕਿਉਂ ਮੰਨਦੇ ਹੋ ਨਿਰਮਲ ਨੂੰ ਆਪਣੇ ਵਾਲੇ ਤਾਂ ਤਰਨਾ ਹੀ ਨਹੀਂ ਆਉਂਦਾ ਉਹਦਾ ਘੱਟ ਹੀ ਆਉਂਦਾ ਡੇੜੇ ਹੋਰ ਆਹ ਦੇਖੋ ਕਿੱਡਾ ਜਿਸਮ ਸਾਂਭੀ ਬੈਠਾ ਖਸਮ ਦੇਖੋ ਫਿਰਦਾ ਮੱਛੀ ਵਾਂਗੂ ਗੇੜੇ ਦਿੰਦਾ ਪਾਣੀ 'ਚ ਇਹ ਹੁੰਦੀ ਹੈ ਕਲਾਕਾਰੀ ਤਗੜਾ ਕੰਮ ਹੈ ਨਕੋਲੇ ਹੋਰ ਦਾ ਗੱਗੀ ਦਾ ਲੱਤਾਂ ਡਬੋ ਕੇ ਚੱਡੀ ਬਦਲਣ ਲੱਗ ਗਿਆ ਲੱਤਾਂ ਡਬੋ ਗਿਆ ਕਹਿੰਦਾ ਠੰਡ ਹੈ ਚੱਡੀ ਬਦਲਣ ਆ ਗਿਆ ਲੈ ਇੰਨੀ ਇੰਨੀ ਜਲਦੀ ਤਾਂ ਆਪਣੇ ਵਾਲੇ ਜਵਾਕ ਡੈਂਪਰ ਵੀ ਨਹੀਂ ਉਹ ਕਰਦੇ ਨਹੀਂ ਚੱਡੀ ਬਦਲ ਗੱਗੀ ਦਾ ਤਾਂ ਔਖਾ ਹੀ ਹੈ ਭਰਾ ਗੱਗੀ ਆਪਣਾ ਯਾਰ ਜਪਾਨ ਤੋਂ ਨਕੋਲੇ ਦੇ ਕਰਤੱਬ ਦਿਖਾਉਂਦੇ ਹਾਂ ਤੁਹਾਨੂੰ ਦੁਬਾਰੇ ਦੇਖੋ ਪਤੰਦਰ ਨੇ ਕੱਛਾ ਵੀ ਸਪੈਸ਼ਲ ਉਹ ਸਟਿਚ ਕਰਵਾਇਆ ਮੈਨੂੰ ਲੱਗਦਾ ਦਰਜੀ ਗੱਗੀ ਠਰ ਗਿਆ ਸੋ ਕੋਲਡ ਇਹਨੂੰ ਕੁਲਫੀ ਖਵਾਉਣੀ ਪਊਗੀ ਚਾਹ ਨਾਲ ਗੱਗੀ ਨੂੰ ਚਾਹ ਨਾਲ ਕੁਲਫੀ ਖਵਾਉਣੀ ਪਊਗੀ ਫਿਰ ਜਾ ਕੇ ਸੈੱਟ ਹੋਊਗਾ ਹੈਵ ਯੂ ਐਵਰ ਈਟ ਕੁਲਫੀ ਵਿਦ ਬਾਬੇ ਤੇਜੀ ਔਰ ਡੱਡੂ ਨੂੰ ਦੇਖ ਦੇਖ ਕੇ ਖੁਸ਼ ਹੋਈ ਜਾਂਦੇ ਨੇ ਆਹ ਤੇਜੀ ਆਪਣਾ ਆਹ ਗੋਲੂ ਹੈ ਦੇਖਿਆ ਉੱਧਰ ਗੋਲੂ ਹੈ ਇਹ ਡੱਡੂਆਂ ਨੂੰ ਦੇਖ ਦੇਖ ਕੇ ਖੁਸ਼ ਹੋਈ ਜਾਂਦੇ ਨੇ ਸੋ ਹੁਣ ਮੈਂ ਤੁਹਾਨੂੰ ਆਪਣੇ ਚਰਨੇ ਕੋਲੇ ਲੈ ਕੇ ਜਾਂਦਾ ਉਹ ਮੱਛੀਆਂ ਫੜ ਰਿਹਾ ਤੁਹਾਨੂੰ ਦਿਖਾਉਂਦਾ ਫਿਸ਼ਿੰਗ ਕਰ ਰਿਹਾ ਦੇਖੋ ਤੁਹਾਡਾ ਯਾਰ ਬੰਨੋ ਬੰਨ ਹੋ ਗਿਆ ਬੰਨੋ ਬੰਨ ਤਾਂ ਨਹੀਂ ਆਪਾਂ ਕਹਿ ਦਿੰਦੇ ਕੰਢਿਆਂ ਤੋਂ ਹੋ ਗਿਆ ਚਰਨਾ ਦੇਖੋ ਮੱਛੀਆਂ ਫੜ ਰਿਹਾ ਦੇਖੋ ਫਿਸ਼ਿੰਗ ਕਰ ਰਿਹਾ
ਦੇਖੋ ਇਹ ਚਰਨਾ ਹੈ। ਹਾਏ ਪ੍ਰੀਵੀਅਤ ਫਿਸ਼ਿੰਗ ਫਿਸ਼ਿੰਗ ਇੰਡੀਆ ਇੰਡੀਆ। ਹਾਂ ਦੇਖੋ ਅਬੇ ਚਰਨਾ ਮੱਛੀਆਂ ਫੜ ਰਿਹਾ। ਯੂ ਕਾਟ ਫਿਸ਼ ਦੇਖੋ ਚਰਨੇ ਹੋਰ ਵੀ ਕਹਿੰਦੇ ਅੱਜ ਪੂਰਾ ਬੱਦਲਬਾਈ ਹੋ ਰਹੀ ਉਹਦਾ ਫਾਇਦਾ ਉਠਾਣਗੇ, ਮੱਛੀਆਂ ਕੱਢ ਕੇ ਫਿਰ ਖਾਣਗੇ, ਸ਼ਾਮ ਦਾ ਪ੍ਰੋਗਰਾਮ ਬਣਾਉਣਗੇ, ਸ਼ਾਮ ਨੂੰ ਫਿਰ ਪੈਗ ਪੁੱਗ ਵੀ ਲਾਉਣਗੇ। ਤਾਂ ਚਰਨੇ ਹੋਰ ਦੀ ਚੜ੍ਹਾਈ ਹੈ ਵੈਸੇ, ਦੇਖੋ ਮੱਛੀਆਂ ਨੂੰ ਦਾਣਾ ਦੂਣਾ ਪਈ ਜਾਂਦਾ। ਸੋ ਪੂਰਾ ਘੈਂਟ ਹੈ ਵਿਊ, ਅੱਜ ਸਵਾਦ ਆ ਰਿਹਾ ਯਾਰ। ਉੱਦਣ ਤਾਂ ਧੁੱਪ ਜੀ 'ਚ ਐਗਜ਼ੌਸਟਡ ਹੋ ਗਿਆ ਸੀ ਮੈਂ, ਬੋਰ ਹੋ ਗਿਆ ਸੀ। ਅੱਜ ਤਾਂ ਦਿਲ ਕਰਦਾ ਡੁਬਕੀ ਮਾਰਾਂ ਵਿੱਚ, ਪਰ ਮੈਨੂੰ ਤਰਨਾ ਨਹੀਂ ਆਉਂਦਾ ਡੁੱਬ ਜੂੰਗਾ, ਕਿਆ ਫਾਇਦਾ। ਬਾਕੀ ਤੇਜ਼ੀ ਹੋਰ ਲੈ ਰਹੇ ਨੇ ਸਵਾਦ ਬੀਅਰਾਂ ਨਾਲ ਬਾਈ। ਆਪਾਂ ਚੱਲੇ ਹਾਂ ਘਰ ਨੂੰ, ਅਤੇ ਨਾ ਯਾਰ ਮੀਟ ਖਾ ਖਾ ਕੇ ਨੋਨ ਵੈਜ ਖਾ ਖਾ ਕੇ ਮੇਰਾ ਢਿੱਡ ਵੀ ਕਹਿਣ ਲੱਗ ਗਿਆ, ਕਿੱਧਰ ਪ੍ਰਧਾਨ ਮੈਨੂੰ ਆਫ ਰੋਡ 'ਤੇ ਲਈ ਫਿਰਦਾ, ਰੋਡ 'ਤੇ ਲੈ ਜਾ ਰੋਟੀ ਵਾਲੇ ਪਾਸੇ। ਸੋ ਔਖਾ ਹੀ ਹੈ ਕੰਮ, ਹੁਣ ਫਿਰ ਇਹ ਬਾਰਬੀਕਿਊ ਬਣਾਉਣਗੇ, ਇਹਨਾਂ ਦੇ ਦੋਸਤਾਂ ਨੇ ਆਉਣਾ, ਸ਼ਾਇਦ ਭਰਜਾਈ ਵੀ ਆਊਗੀ ਨਾਲ ਦੋਸਤ ਦੇ। ਔਖਾ ਹੀ ਹੈ ਕੰਮ, ਮੈਂ ਨਹੀਂ ਹੋਰ ਗਾਣਾ ਯਾਰ, ਔਖਾ ਹੀ ਹੈ ਕੰਮ। ਚੜ੍ਹਾਈ 'ਚ ਗੱਡੀ ਫਸ ਗਈ ਬਾਬੇ, ਉਹ ਚੜ੍ਹਾਈ ਖੜਮੀ ਹੈ ਉਰੇ, ਵਜਨ ਬਹੁਤ ਹੈ, ਆਪਾਂ ਚਾਰ ਜਣੇ ਬੈਠੇ ਜੰਗਲ। ਦਾਦਾ ਆਓ ਵਿਸਮਰਾ ਜੀ ਵੈਸੇ। ਆਲਰਾਈਟ ਯਾ ਸੀਮਸ ਫਾਈਨ, ਸਭ ਠੀਕ ਹੈ ਬਾਬੇ। ਉਹ ਗਰਮ ਕਰ ਲਈ, ਇਹਨੂੰ ਚਲਾਉਣੀ ਨਹੀਂ ਆਉਂਦੀ ਪਤਿੰਦਰ ਨੂੰ, ਆਫ ਰੋਡਿੰਗ ਦੇ ਸ਼ਹਿਰ 'ਚ ਲਾਉਣ ਵਾਲਾ ਬੰਦਾ ਹੈ। ਆਪਾਂ ਪਹੁੰਚ ਗਏ ਬਾਬੇ, ਗੱਗੀ ਸੌ ਗਿਆ ਸੀ, ਪਤਾ ਕੀ ਚੱਕਰ ਹੈ, ਜਿਹੜੀ ਗੱਡੀ ਹੈ ਨਾ ਇਹ 44 ਹੋਰਸ ਪਾਵਰ ਦੀ ਹੈ, ਤਾਂ ਕਰਕੇ ਸ਼ਹਿਰ ਸ਼ੁਰੂ 'ਚ ਚਲਾਉਣ ਵਾਸਤੇ ਠੀਕ ਹੈ, ਇਹਨੂੰ ਲਈ ਫਿਰਦਾ ਹੈ ਉੱਥੇ ਜੰਗਲਾਂ 'ਚ ਨਾ, ਤਾਂ ਕਰਕੇ ਮੈਨੂੰ ਲੱਗਦਾ ਸੀ ਵੀ ਹੋ ਗਈ ਸੀ, ਤੂੰ ਆਇਆ ਕੱਢ ਗਿਆ ਸੀ ਇੰਜਣ 'ਚ, ਪਰ ਬਚ ਗਈ। ਮੌਸਮ ਬੜਾ ਘੈਂਟ ਹੈ, ਸਵਾਦ ਆ ਰਿਹਾ ਪੂਰਾ ਆਨੰਦ, ਕਿਉਂ ਗੱਗੀ ਬਿੱਲੀ ਆਪਣੇ ਸਵਾਦ 'ਚ। ਹੈਲੋ ਆਪਣੀ ਸਾਰੀ ਕਮਿਊਨਿਟੀ ਹੈ ਕਾਓ ਸਰਫਿੰਗ, ਆਪਣੇ ਸਾਰੇ ਦੋਸਤ ਨੇ, ਤੇ ਇੱਥੇ ਹਰ ਵੀਕ ਕਾਓ ਸਰਫਿੰਗ ਕਮਿਊਨਿਟੀ ਦੀ ਇੱਕ ਮੀਟਿੰਗ ਹੁੰਦੀ ਹੈ, ਉਹੀ ਆਪਾਂ ਜੁਆਇਨ ਕੀਤੀ ਹੈ, ਸਾਰੇ ਘੈਂਟ ਨੇ। ਸੋ ਇੱਕ ਇੱਕ ਹੋਰ ਗੱਲ, ਜਿਹੜਾ ਪਵਨ ਜੀ ਦਾ ਹੋਸਟ ਹੈ, ਇਹਦੇ ਕੋਲ ਇੰਡੀਆ ਦਾ ਟੌਪ ਦਾ ਵਲੋਗਰ ਬਰੂਨ ਬੇਗੁਸ ਰਿਹਾ ਸੀ, ਇਹ ਬਰੂਨ ਜੀ ਦੇ ਆਪਣੇ ਸਰ ਦੇ ਜਿਹੜਾ ਵਲੋਗਾਂ 'ਚ ਵੀ ਹੈ, ਸਰ ਵੀ ਹੈ ਸੀ, ਤੁਹਾਨੂੰ ਮਿਲ ਜੂਗਾ, 6 ਦਿਨ ਰਿਹਾ ਸੀ ਬਰੂਨ, ਹੈ ਨਾ। ਉਰੇ ਇਹ ਸਾਰੇ ਦੋਸਤ ਨੇ, ਇਹ 12 ਕੰਟਰੀਆਂ ਤੋਂ ਨੇ, ਸਾਰੇ ਆਏ ਨੇ, ਅਤੇ ਆਪਣੇ ਨਾਲ ਨੇਵੇਨ ਹੈ, ਇਹ ਸਰਬੀਆ ਤੋਂ ਹੈ। ਨਾਈਸ ਟੂ ਮੀਟ ਯੂ ਨੇਵੇਨ, ਗ੍ਰੇਟ ਮੀਟਿੰਗ ਵਿਦ ਯੂ, ਐਂਡ ਇਨ ਫਿਊਚਰ ਵੈਨ ਯੂ ਵਿਲ ਕਮ ਟੂ ਇੰਡੀਆ, ਸੋ ਮੋਸਟ ਵੈਲਕਮ। As soon as I can. ਪਰ ਇਹਨੂੰ ਆਪੇ ਇੰਡੀਆ ਵਧੀਆ ਨਹੀਂ ਲੱਗਦਾ, ਮੈਂ ਵਧੀਆ ਤਾਂ ਲੱਗਦਾ ਘੈਂਟ, ਇਹ ਕਹਿੰਦੀ ਵੀ ਇਹ ਯੂਰਪ ਵਾਲੇ ਮੈਨੂੰ ਲਾਈਫ ਸਟਾਈਲ ਜ਼ਿਆਦਾ ਵਧੀਆ ਲੱਗਦਾ, ਅਤੇ ਮੈਂ ਕੋਈ ਚੱਕਰ ਨਹੀਂ, ਤੈਨੂੰ ਇੰਡੀਆ ਘੁਮਾਵਾਂਗੇ, ਤੈਨੂੰ ਪੂਰਾ ਸਾਰਾ ਕੁਝ ਦਿਖਾਵਾਂਗੇ, ਅਤੇ ਫਿਰ ਇਹ ਕਹਿੰਦੀ ਕੋਈ ਨਾ ਮੈਂ ਆਊਂਗੀ। ਸੋ ਆਈ ਹੋਸਟ ਯੂ ਇਫ ਯੂ ਵਿਲ ਕਮ ਇਨ ਇੰਡੀਆ।
ਲੈ ਮਿੱਤਰੋ 7:50 ਹੋ ਗਏ, 40 ਕਿਲੋਮੀਟਰ ਜਾਣਾ ਮੈਂ ਪਿੰਡ 'ਚ, ਲੇਟ ਹੋ ਗਏ, ਲਾਸਟ ਬੱਸ ਹੈ ਮੇਬੀ, ਅੱਗੇ ਪਹਾੜਾਂ 'ਚ ਤੁਰਨਾ ਵੀ ਪੈ ਸਕਦਾ, ਚਲੋ ਚੱਲਦੇ। ਅੱਗੇ ਮੈਂ ਨਕੁੱਲੇ ਨੂੰ ਪੁੱਛਿਆ ਵੀ ਤੇਰੇ ਵਾਸਤੇ ਕੁਛ ਲਿਆਵਾਂ, ਕਹਿੰਦਾ 10-20 ਲਿਆ, ਸਟੋਰ 'ਚ ਆਉਂਦੇ ਹਵਾਲੇ ਹਵਾਲੇ ਤੀ ਹਵਾਲੇ ਤੀ ਅਤੇ ਆਪਾਂ ਲੈ ਲਈਆਂ 20 ਭੈਣ 10 ਵੱਜ ਗਏ ਮੇਬੀ, ਇਹ ਲਾਸਟ ਬੱਸ ਹੈ। ਦੇਖੋ ਮੈਂ ਪੁੱਛੇ ਬੱਸ ਸਟੈਂਡ 'ਤੇ ਬੈਠ ਗਏ, 9:45 ਹੋ ਗਏ, ਕਹਿੰਦੇ 10 ਟੱਲੂਗੀ ਬੱਸ। ਆ ਬੱਸ ਸਟੈਂਡ ਉਰੇ ਤਾਂ ਦੇਖ ਸਕਦੇ ਹੋ ਤੁਸੀਂ, ਬੜਾ ਘੈਂਟ ਹੈ, ਆ ਬੱਸਾਂ ਖੜੀਆਂ ਨੇ ਹੈ ਨਾ, ਅਤੇ ਬੜੀ ਹੈਲਪ ਕੀਤੀ ਯਾਰ ਮੇਰੀ ਲੋਕਾਂ ਨੇ ਉਰੇ, ਸ਼ਾਇਦ ਡਰਾਈਵਰ ਸੀ ਭਾਈ ਸਾਹਿਬ, ਮੈਂ ਗੱਲਬਾਤ ਕੀਤੀ ਉਹਨਾਂ ਨਾਲ ਹੈ ਨਾ, ਉਹਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ, ਵੈਸੇ ਉਰੇ ਲੋਕਾਂ ਨੂੰ ਇੰਗਲਿਸ਼ ਆਉਂਦੀ ਹੈ ਕਾਫੀ, ਤਾਂ ਯਾਰ ਤੁਹਾਡੇ ਬੈਠੇ ਨੇ ਆ ਭਾਈ ਨੇ ਆਪਣੀ ਹੈਲਪ ਕੀਤੀ ਹੈ। ਦੇਖੋ ਹਾਂ ਗੁਬਾਰੇ two peron one ten peron two gubarevas gubarek this yes. one yes this one okay ha no two bus yeah dvoyka two yeah ਤੇ ਇਹ ਭਰਾ ਸਾਹਿਬ ਨੂੰ ਆਪਣੇ ਨੂੰ ਅੰਗਰੇਜ਼ੀ ਆਉਂਦੀ ਹੈ ਤੇ ਬਹੁਤ ਵਧੀਆ ਇਨਸਾਨ ਹੈ, ਤੇ ਇਹ ਕਹਿੰਦਾ ਮੈਂ ਬੀਅਰ ਲੈਣੀ ਹੈ, ਮੈਂ ਪੀਣੀ ਨੋ ਸਮੋਕਿੰਗ, ਮੈਂ ਯਾਰ ਕੀ ਕਹਿੰਦਾ ਮੈਂ ਬੀਅਰ ਲੈਣੀ ਹੈ, ਮੇਰਾ ਦਿਲ ਕਰਦਾ ਦੇ ਦਾਂਗੇ, ਮੇਰੇ ਕੋਲ ਬਹੁਤ ਬੀਅਰ ਨੇ। ਹੁਣ ਦਾਰੂ ਵਾਲੇ ਬੰਦੇ ਦੇ ਆਪਾਂ ਕੀੜੇ ਸਮਝ ਸਕਦੇ ਹਾਂ, ਸੋ ਮੈਂ ਇਹਨੂੰ ਦੇ ਦਿੰਦਾ ਯਾਰ ਇੱਕ ਬੀਅਰ ਦੇ ਦੀ ਯਾਰ, ਆਪਾਂ ਨੇ ਇਹਨੂੰ ਬੀਅਰ ਇੱਕ ਹਨਾ, ਕਿਉਂਕਿ ਸ਼ਰਾਬੀ ਬੰਦੇ ਦੇ ਕੀੜੇ ਆਪਾਂ ਸਮਝ ਸਕਦੇ ਹਾਂ। ਇੰਜੋਏ ਰਾਤ ਦੇ 10:25 ਹੋ ਗਏ, ਰਾਤ ਨੂੰ ਵੀ ਇੰਨੀਆਂ ਘੈਂਟ ਬੱਸਾਂ ਚੱਲਦੀਆਂ ਨੇ ਉਰੇ, ਜਮਾਂ ਸੇਫਟੀ ਹੈ ਯਾਰ, ਕਿੰਨੀਆਂ ਔਰਤਾਂ ਸੀ ਵਿੱਚ ਹਨਾ, ਉਰੇ ਵੀ ਪਿੱਛੇ ਇੰਨੀਆਂ ਔਰਤਾਂ ਉੱਤਰ ਕੇ ਘਰੇ ਆਈ ਨੇ ਭਾਈ ਸਾਹਿਬ ਨੇ, ਦੇਖੋ ਤਾਂ ਸੱਚੀ ਯਾਰ ਮੰਨਣਾ ਪਊਗਾ ਹਨਾ ਘੈਂਟ ਦੇਸ਼ ਨੇ। ਅਤੇ ਬਾਕੀ ਇੰਨਾ ਵਜਨ ਮਰ ਗਿਆ ਮੈਂ, ਕਿੰਨਾ ਚੁਕਾਇਆ ਨਕੋਲਾਂ ਨੇ ਜਾਂਟੇ ਨੇ ਮੇਰੇ ਤੋਂ, ਹੋਰ ਯਾਰ ਅੱਧਾ ਵਜਨ ਤਾਂ ਇਹਨਾਂ ਦੇ ਪਾਣੀ ਦਾ ਹੋ ਗਿਆ ਵਿੱਚ, ਲਾ ਅੱਧਾ ਇਹਨਾਂ ਦੇ ਕਿੰਨਾ ਦਾ ਹੋ ਗਿਆ, ਡਬਲ ਕੰਮ ਹੋ ਗਿਆ, ਇਹਨਾਂ ਉੱਪਰ ਕੰਚ ਵਾਲੀਆਂ ਨਹੀਂ। ਦੇਖੋ ਐਂ ਯਾਰ ਤੁਸੀਂ ਸੋਚਦੇ ਹੋ ਵੀ ਉਹਦਾ ਐਂ ਫਰੀ ਰਹਿੰਦਾ, ਫਰੀ ਦਾ ਰਹਿੰਦਾ ਐਕਸਪੀਰੀਅੰਸ ਹੈ, ਪਰ ਐਂ ਫਰੀ ਦਾ ਆਪਾਂ ਖਾਂਦੇ ਨਹੀਂ, ਉਹਨਾਂ ਨੇ ਆਪਾਂ ਨੂੰ ਆਦਤ ਹੈਗੀ ਫਰੀ ਦਾ ਖਾਣਾ ਦਾ। ਅਤੇ ਆਪਾਂ ਉੱਥੇ ਵੀ ਆਪਣੇ ਯਾਰ ਭੋਲੇ ਨੂੰ ਵੀ ਜੋ ਮਹਾਂ ਤੂੰ ਕਲੱਬ 'ਚ ਜਾਣਾ ਜਿੱਥੇ ਮਰਜ਼ੀ ਮੈਂ ਪੇ ਕਰੂੰਗਾ, ਉਹ ਪਹਿਲੇ ਦਿਨ ਉਹਨੇ ਮੈਨੂੰ ਕੌਫੀ ਪਿਲਾਈ ਸੀ ਤੈਨੂੰ ਮੈਂ ਦੱਸਿਆ ਸੀ, ਫਿਰ ਜੱਟ ਨੇ ਉਹਦੇ ਬਿੱਲ ਅਫੋਰਡ ਕੀਤੇ, ਤਾਂ ਯਾਰ ਅਗਲੇ ਨੂੰ ਐਂ ਉਹ ਕੰਮ ਨਾ ਹੋਵੇ ਨਾ ਵੀ ਸਾਲਾ ਖਾ ਕੇ ਵੱਗ ਗਏ ਹਨਾ, ਪਰ ਇਹ ਬੰਦੇ ਐਵੇਂ ਸੋਚਦੇ ਨਹੀਂ, ਜੇ ਐਂ ਸੋਚਣ ਫਿਰ ਇਹ ਰੱਖਣ ਕਿਉਂ ਕਿਸੇ ਨੂੰ ਹੈ ਨਾ, ਪਰ ਫਿਰ ਵੀ ਆਪਣਾ ਵੀ ਫਰਜ਼ ਬਣਦਾ ਨਾ ਯਾਰ ਵੀ ਕੋਈ ਅਗਲਾ ਆਵੇ ਅਤੇ ਇੱਕ ਛਾਪ ਛੱਡ ਕੇ ਜਾਈਏ ਵੀ ਬੰਦਾ ਆਇਆ ਸੀ, ਹੈਂ ਚਲੋ ਚੱਲਦੇ ਹਾਂ। ਅਤੇ ਭਰਾ ਆਪਾਂ ਜਾ ਰਹੇ ਸੀ ਨਾਲ, ਆਪਣਾ ਭਰਾ ਅਲੈਕਸਾ ਮਿਲ ਗਿਆ ਆਪਾਂ ਨੂੰ, ਇਹ ਉਰੀ ਰਹਿੰਦਾ ਪਿੰਡ 'ਚ, ਅਤੇ ਦੇਖੋ ਇਹ ਵੀ ਪੜ੍ਹ ਪੜ੍ਹ ਕੇ ਆਇਆ ਆਪਦਾ, ਸੋ ਨੈਕਸਟ ਟੂ ਮੀਟ ਯੂ ਹਵਾਲੇ ਦੀ ਐਂ ਪਿੰਡ 'ਚ ਰਹਿੰਦਾ, ਐਂ ਬਸ ਯਾਰ ਬੈਲੀ ਬਣਾ ਲਏ ਦਿਨ ਆ ਗਿਆ ਬਸ ਆਪਣਾ ਘਰ ਅੱਗੇ ਜਾਂਟੇਗਾ ਆਪਣੇਗਾ, ਹੋਰ ਵੀ ਉਰੇ ਮਹਿਫਲਾਂ ਲਾਈ ਬੈਠੇ ਨੇ, ਚੱਲਦਾ ਬਾਰਬੀਕਿਊ ਬਣਾ ਰਿਹਾ ਇਹਨਾਂ ਨੇ, ਬਾਰਬੀਕਿਊ ਬਣਾ ਰਿਹਾ ਪੂਰਾ, ਮੈਂ ਲਿਆ ਇਹਨਾਂ ਵਾਸਤੇ ਬੀਅਰ ਇੰਜੋਏ ਕਰਨ ਦੇ ਉਹਨਾਂ ਨੂੰ। ਦੇਖੋ ਮਿੱਤਰੋ ਬਾਰਬੀਕਿਊ ਤੇ ਬਣ ਰਿਹਾ ਮੀਟ, ਦਿਸ ਇਜ਼ ਚਿਕਨ, ਲੈ ਮਿੱਤਰੋ ਸਵਾਦ ਆ ਰਿਹਾ ਆਪਣੇ ਭਰਾ ਨੇ
ਜਾਂਟੇ ਨੇ ਬਾਰਬੀਕਿਊ ਤੇ ਰੌਣਕਾਂ ਲਾ ਰੱਖੀਆਂ ਨੇ। ਦੇਖੋ ਬਣਦਾ ਚਿਕਨ। ਵਾਓ। ਤੇ ਆਪਾਂ ਨੇ ਪਹਿਲਾਂ ਆਪਣੇ ਭੋਲੇ ਜੱਟਾਂ ਵਾਲਾ ਖਾਧਾ ਸੀ, ਉਦਣ ਮੈਂ ਤੁਹਾਨੂੰ ਦਿਖਾ ਨਹੀਂ ਪਾਇਆ, ਸੋਰੀ, ਅੱਜ ਮੈਂ ਤੁਹਾਨੂੰ ਦਿਖਾ ਦਾ। ਇਹ ਹੋਰ ਟਾਈਪ ਦਾ ਬਾਰਬੀਕਿਊ ਹੈ ਹਨਾ? ਉਹ ਹੋਰ ਟਾਈਪ ਦਾ ਬਾਰਬੀਕਿਊ ਸੀ। ਬਟ ਇਸ ਬ੍ਰੋ ਦਿਸ ਵਾਟਰ? ਯੈਸ, ਜਸਟ ਟੂ ਕਿਲ ਦ ਫਾਇਰ। ਓ, ਇਹ ਸਿਰਫ ਅੱਗ ਨੂੰ ਬੁਝਾਉਣ ਵਾਸਤੇ ਪਾਣੀ ਪਾ ਰਿਹਾ, ਬਾਕੀ ਉਰੇ ਕਾਫੀ ਕੁਝ ਬਣਾ ਰਹੇ, ਬੀਰਾਂ ਬੂਰਾਂ ਪਈਆਂ ਨੇ ਜੱਟਾਂ ਦੀਆਂ। ਬਟ ਇਸ ਦੀ ਨੇਮ ਆਫ ਦਿਸ ਡਿਸ਼? ਇਟਸ peppers with garlic. Oh, pepper. But that's some random freestyle he did. Oh. Not properly how he do it. Oh, ah, dekho, ah, kuch hai babe. Dekho, eh bhi barbecue te banaiye maybe. This is a very good salad for me. Dekho, eh ban gaya taiyar ho raha hai te apna bhara inu raad ke dekhda hai pura. Bhi dekho ide vich chimta pair hai gana na. Te ik da eh bhar gaya. ਦੇਖੋ ਇਹ ਤਾਂ ਫੁੱਲ ਹੋ ਗਿਆ, ਫੁੱਲ ਹੋ ਗਿਆ। ਸੋ ਹੁਣ ਇਹਦੀ ਵਾਰੀ ਹੈ, ਇਹਦੇ ਵਿੱਚ ਇਹ ਗੰਢੇ ਨੇ ਅਤੇ ਦੇਖੋ ਹੁਣ ਫਿਰ ਸਵਾਦ ਆਉਂਦਾ। ਦੇਖੋ ਇਹ ਦੱਬ ਕੇ ਚਿਮਟੇ ਨਾਲ ਦੇਖਦਾ, ਇਹ ਬਣ ਗਿਆ ਕਹਿੰਦਾ ਨਾ, ਬਣ ਗਿਆ। ਦੇਖੋ ਦੇਖੋ ਇਹਦੇ ਵਿੱਚ ਪਾ ਦਾ, ਇਹ ਵੀ ਬਣ ਗਿਆ, ਚੱਕੋ। ਆਪਾਂ ਟੇਸਟ ਕਰਕੇ ਦੇਖਦੇ ਹਾਂ।